ਹੁਸ਼ਿਆਰਪੁਰ ਚ ਵਾਪਰਿਆ ਦਰਦਨਾਕ ਹਾਦਸਾ। ਬੱਸ ਹੇਠਾਂ ਆਉਣ ਕਾਰਨ ਦੋ ਨੌਜਵਾਨਾਂ ਦੀ ਹੋਈ ਮੌਤ। ਮੌਕੇ ਤੇ ਪੈ ਗਿਆ ਚੀਕ ਚਿਹਾੜਾ। ਸਤਿ ਸ੍ਰੀ ਅਕਾਲ ਜੀ, ਮੈਂ ਸ਼ਰ ਸ਼ਰਮਾ, ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ। ਹੁਸ਼ਿਆਰਪੁਰ ਤੋਂ ਖਬਰ ਸਾਹਮਣੇ ਆਈ ਹੈ ਜੋ ਸਾਰਿਆਂ ਨੂੰ ਹਿਲਾ ਕੇ ਰੱਖ ਦੇਵੇਗੀ। ਜੀ ਹਾਂ, ਦੱਸ ਦੇ ਕਿ ਦਿਲ ਦਹਿਲਾ ਦੇਣ ਵਾਲੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਜਿਸ ਦੀਆਂ ਕਿ ਤਸਵੀਰਾਂ ਵੀ ਬੇਹੱਦ ਹੀ ਦਰਦਨਾਕ ਸਾਹਮਣੇ ਆਈਆਂ ਨੇ ਹੁਸ਼ਿਆਰਪੁਰ ਤੋਂ, ਜਿੱਥੇ ਕਿ ਇੱਕ ਮਿੰਨੀ ਬੱਸ ਦੇ ਹੇਠਾਂ ਆਉਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜੀ ਹਾਂ, ਮੌਕੇ 'ਤੇ ਚੀਕ ਚਿਹਾੜਾ ਪੈ ਗਿਆ। ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਉਹ ਇਕੱਠਾ ਹੋ ਗਏ। ਤੁਹਾਨੂੰ ਦੱਸ ਦਈਏ ਕਿ ਪਿੰਡ ਹਰਮੋਇਆ ਦੇ ਰਹਿਣ ਵਾਲੇ ਨੇ ਇਹ ਮ੍ਰਿਤਕ ਨੌਜਵਾਨ, ਜੋ ਕਿ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਆਪਣਾ ਕੰਮ ਨਿਪਟਾ ਕੇ ਆਪਣੇ ਪਿੰਡ ਨੂੰ ਵਾਪਸ ਜਾ ਰਹੇ ਸੀ, ਤਾਂ ਰਸਤੇ ਦੇ ਵਿੱਚ ਮਿੰਨੀ ਬੱਸ ਹੇਠਾਂ ਆਉਣ ਕਾਰਨ ਦੋਨੋਂ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਜਿਨ੍ਹਾਂ ਦਾ ਨਾਮ ਜਤਿੰਦਰ ਸਿੰਘ ਅਤੇ ਸਤਵਿੰਦਰ ਸਿੰਘ ਦੱਸਿਆ ਜਾ ਰਿਹਾ। ਇੱਕ ਨੌਜਵਾਨ ਦੀ ਉਮਰ 32 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਜਦਕਿ ਦੂਜੇ ਨੌਜਵਾਨ ਦੀ ਉਮਰ 22 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਮੌਕੇ 'ਤੇ ਹੀ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜਾ ਇਕੱਠਾ ਹੋਣਾ ਸ਼ੁਰੂ ਹੋ ਜਾਂਦੇ ਨੇ, ਚੀਕ ਚਿਹਾੜਾ ਪੈ ਜਾਂਦਾ ਹੈ, ਤਾਂ ਪੁਲਿਸ ਵੀ ਹੈ ਜਿਹੜੀ ਉਹ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪਹੁੰਚ ਜਾਂਦੀ ਹੈ। ਦੱਸ ਦਈਏ ਕਿ ਪਿੰਡ ਹਰਮੋਇਆ ਦੇ ਰਹਿਣ ਵਾਲੇ ਨੇ ਇਹ ਮ੍ਰਿਤਕ ਨੌਜਵਾਨ, ਅਤੇ ਪਿੰਡ ਹਰਮੋਇਆ ਤੋਂ ਹੀ ਬੱਸ ਹੈ ਜਿਹੜੀ ਉਹ ਜ਼ਿਲ੍ਹਾ ਹੁਸ਼ਿਆਰਪੁਰ ਵੱਲ ਨੂੰ ਜਾ ਰਹੀ ਸੀ, ਤਾਂ ਰਸਤੇ ਦੇ ਵਿੱਚ ਇਹ ਦਰਦਨਾਕ ਹਾਦਸਾ ਇਹਨਾਂ ਨੌਜਵਾਨਾਂ ਦੇ ਨਾਲ ਵਾਪਰ ਜਾਂਦਾ ਹੈ, ਜੋ ਕਿ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਨੂੰ ਵਾਪਸ ਜਾ ਰਹੇ ਸੀ। ਇਹਨਾਂ ਨੌਜਵਾਨਾਂ ਨੇ ਨਹੀਂ ਸੋਚਿਆ ਹੋਵੇਗਾ ਕਿ ਰਸਤੇ ਦੇ ਵਿੱਚ ਇਹਨਾਂ ਦੇ ਨਾਲ ਅਜਿਹਾ ਭਾਣਾ ਵਾਪਰੇਗਾ, ਅਤੇ ਜਿਹੜੀ ਬੱਸ ਹੈ ਸਾਹਮਣੇ ਤੋਂ ਆ ਰਹੀ ਆ ਉਹ ਇਹਨਾਂ ਨੌਜਵਾਨਾਂ ਦੇ ਲਈ ਕਾਲ ਬਣ ਕੇ ਆ ਰਹੀ ਹੈ, ਤਾਂ ਮੌਕੇ 'ਤੇ ਹੀ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ। ਵੱਡੀ ਗਿਣਤੀ 'ਚ ਲੋਕ ਨੇ ਜਿਹੜੇ ਉਹ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਸਕਰੀਨ 'ਤੇ। ਵੱਡੀ ਗਿਣਤੀ ਦੇ ਵਿੱਚ ਜੋ ਲੋਕ ਨੇ ਇਕੱਠਾ ਹੋ ਜਾਂਦੇ ਨੇ, ਤਾਂ ਪੁਲਿਸ ਵੀ ਮੌਕੇ 'ਤੇ ਪਹੁੰਚ ਜਾਂਦੀ ਹੈ ਅਤੇ ਮਾਮਲੇ ਦੀ ਜਾਂਚ ਦੇ ਵਿੱਚ ਜੁੱਟ ਜਾਂਦੀ ਹੈ। ਦੱਸ ਦਈਏ ਕਿ ਇੱਕ ਨੌਜਵਾਨ ਦੀ ਉਮਰ 22 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਦੂਜਾ ਨੌਜਵਾਨ ਜਿਸਦੀ ਕਿ ਉਮਰ 30-32 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਅਤੇ ਦੋਨੋਂ ਹੀ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕਿਸੇ ਕੰਮ ਲਈ ਆਏ ਸੀ, ਅਤੇ ਜਿਵੇਂ ਉਹ ਆਪਣੇ ਪਿੰਡ ਵਾਪਸ ਜਾਂਦੇ ਨੇ, ਤਾਂ ਰਸਤੇ ਦੇ ਵਿੱਚ ਇੱਕ ਨਿੱਜੀ ਕੰਪਨੀ ਦੀ ਮਿੰਨੀ ਬੱਸ ਆਉਂਦੀ ਹੈ, ਤਾਂ ਦੋਨੋਂ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੁੰਦੇ ਨੇ, ਤਾਂ ਬੱਸ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ, ਅਤੇ ਦੋਨਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਜਾਂਦੀ ਹੈ। ਸੋ ਇਸ ਬਾਬਤ ਪਿੰਡ ਦੇ ਸਰਪੰਚ ਵੀ ਨੇ ਜਿਹੜੇ ਉਹ ਮੌਕੇ 'ਤੇ ਪਹੁੰਚ ਜਾਂਦੇ ਨੇ, ਤਾਂ ਸਰਪੰਚ ਦਾ ਕੀ ਕੁਝ ਕਹਿਣਾ ਹੈ ਆਓ ਜਾਣਦੇ ਹਾਂ ਉਹਨਾਂ ਤੋਂ ਵੀ। ਮੈਂ ਅਮਰਜੀਤ ਸਿੰਘ, ਸਰਪੰਚ ਹਰਮੋਏ ਜੀ। ਇਹ ਮੇਰੇ ਪਿੰਡ ਦੇ ਦੋਨੋਂ ਬੱਚੇ ਮੇਰੇ ਪਿੰਡ ਦੇ ਆ ਜੀ, ਹੁਸ਼ਿਆਰਪੁਰ ਤੋਂ ਆ ਰਹੇ ਸੀ ਅਤੇ ਮੱਲੀ ਬੱਸ ਹਰਮੋਇਆ ਤੋਂ ਹੁਸ਼ਿਆਰਪੁਰ ਜਾ ਰਹੀ ਸੀਗੀ, ਅਤੇ ਇੱਥੋਂ ਮੈਨੂੰ ਵੀ ਕਾਲ ਕੀਤੀ ਬਈ ਐਕਸੀਡੈਂਟ ਹੋ ਗਿਆ, ਆਏ ਤਾਂ ਦੋਨੋਂ ਐਟ ਦੀ ਸਪੋਟ ਡੈਡ ਸੀਗੇ, ਅਤੇ ਪ੍ਰਸ਼ਾਸਨ SHO ਮੇਰੀਆਣੇ ਨੂੰ ਫੋਨ ਕੀਤਾ, ਉਹ ਕਹਿੰਦੇ ਜੀ ਸਾਡੇ ਮੁਲਾਜ਼ਮ ਭੇਜ ਦਿੱਤੇ ਗਏ, ਮੁਲਾਜ਼ਮ ਪਹੁੰਚ ਗਏ ਆ ਮੌਕੇ 'ਤੇ, ਅਤੇ ਦੋਨੋਂ ਐਟ ਦੀ ਸਪੋਟ ਡੈਡ ਆ ਜੀ। ਇਹਨੂੰ ਤਕਰੀਬਨ ਇੱਕ ਘੰਟਾ ਹੋ ਗਿਆ ਜੀ, ਪੁਲਿਸ ਪ੍ਰਸ਼ਾਸਨ ਵੀ ਅੱਧਾ ਘੰਟਾ ਹੋ ਗਿਆ ਜੀ ਪਹੁੰਚਿਆ, ਐਂਬੂਲੈਂਸ ਵੀ ਆਈ ਆ 108 ਐਂਬੂਲੈਂਸ ਵੀ ਆਈ ਆ, ਅਤੇ ਪਰ ਉਹ ਆਉਣ ਤੱਕ ਦੋਨੋਂ ਡੈੱਡ ਹੋ ਚੁੱਕੇ ਸੀਗੇ ਜੀ। ਨਹੀਂ ਅਜੇ ਨਹੀਂ ਕੁਝ ਵੀ, ਅਜੇ ਛਾਣਬੀਨ ਕਰ ਰਹੇ ਆ ਜੀ, ਮੁਲਾਜ਼ਮ ਆਏ ਉਹ ਕਰਨਗੇ ਜੀ, ਹਾਲੇ ਕੋਈ ਪਤਾ ਨਹੀਂ ਲੱਗਦਾ ਜੀ। ਹਾਂਜੀ।
ਮੇਰਾ ਨਾਮ ਅਵਤਾਰ ਚੰਦ ਹੈ ਜੀ। ਕਿਹੜੇ ਪਿੰਡ ਦੇ? ਹਰਮੋਇਆ ਪਿੰਡ। ਅੱਛਾ, ਜਿਹੜਾ ਅੱਜ ਐਕਸੀਡੈਂਟ ਹੋਇਆ ਕਿਸ ਦਾ ਹੋਇਆ ਜੀ? ਇਹ ਐਕਸੀਡੈਂਟ ਮੇਰੇ ਆਉਣ ਤੋਂ ਪਹਿਲਾਂ ਹੋਇਆ। ਅੱਛਾ ਜੀ। ਲੇਕਿਨ ਮੈਂ ਜਦੋਂ ਆਇਆ ਨਾ, ਹਾਂਜੀ, ਇੱਥੇ ਬੰਦੇ ਹੋਰ ਵੀ ਸੀ, ਦੋ ਕੁ ਕਹਿ ਦਿਓ ਬੰਦੇ ਪਛਾਣ ਚ ਨਹੀਂ ਸੀ ਆਉਂਦੇ। ਉਹ ਬੰਦਾ ਮੈਂ ਕਿਹਾ ਵੀ ਸਾਡੇ ਭਰਾ ਦਾ ਮੁੰਡਾ ਆਇਆ, ਸਾਡਾ ਭਤੀਜਾ ਹੀ ਆ। ਉਹ ਸਾਹ ਲੈ ਰਿਹਾ ਸੀਗਾ, ਕੋਈ ਇੰਤਜ਼ਾਮ ਨਹੀਂ ਸੀਗਾ, ਮਤਲਬ ਪਾਣੀ ਦੇ ਦੋ ਘੁੱਟ ਪਾਏ, ਉਹ ਮੁੰਡਾ ਪੂਰਾ ਹੋ ਗਿਆ। ਹਰਮੋਇਆਂ ਦੇ ਨਹੀਂ, ਦੋਸਤ ਵਗੈਰਾ ਸੀਗੇ, ਸਕੇ ਨਹੀਂ ਸੀਗੇ। ਹਾਂਜੀ, ਮੋਟਰਸਾਈਕਲ ਤੇ ਸੀਗੇ। ਕਿੰਨਾ ਟਾਈਮ ਹੋ ਗਿਆ ਐਕਸੀਡੈਂਟ ਹੋਏ? ਕੋਈ 20 ਮਿੰਟ ਹੋ ਗਿਆ ਇਸ ਵੇਲੇ। ਅੱਛਾ ਜੀ, ਤੇ ਪੁਲਿਸ ਪ੍ਰਸ਼ਾਸਨ ਕਦੋਂ ਹੁਣ ਪਹੁੰਚਿਆ? ਪੁਲਿਸ ਪ੍ਰਸ਼ਾਸਨ ਹੁਣੇ ਆਏ ਆ। ਅੱਛਾ ਜੀ, ਹੁਣੇ ਆ ਕੇ ਉਹਨਾਂ ਨੇ ਆਪਣੀ ਕਾਰਵਾਈ ਕੀਤੀ ਆ। ਅੱਛਾ ਜੀ, ਤੇ ਮੌਕੇ ਤੇ ਕਿੰਨੇ ਜਾਣੇ ਦੇ ਸੀ? ਮੌਕੇ ਤੇ ਤਾਂ ਮਤਲਬ 2-4 ਬੰਦੇ ਸੀਗੇ। ਅੱਛਾ ਜੀ, ਕੋਈ ਪਛਾਣਨ 'ਚ ਨਹੀਂ ਆਉਂਦੇ ਸੀ, ਮਤਲਬ ਕਿਹੜੇ ਪਿੰਡ ਦੇ ਆ। ਮੈਂ ਆਇਆ ਤਾਂ ਮਤਲਬ ਮੈਂ ਕਿਹਾ ਵੀ ਸਾਡੇ ਘਰ ਹੋ ਜਾਂਦੇ ਹੀ ਆ ਇਹ। ਅੱਛਾ ਜੀ, ਹਾਂਜੀ, ਕੀ ਨਾਮ? ਮੇਰਾ ਨਾਮ ਸੁਰਜੀਤ ਲਾਲ ਆ, ਸਰਪੰਚ ਫਲਾਹੀ ਤੋਂ ਜੀ। ਆ ਜਿਹੜਾ ਵਾਕਿਆ ਹੋਇਆ ਐਕਸੀਡੈਂਟ ਦਾ, ਕਿੱਦਾਂ ਪਾਣਾ ਵਾਕਿਆ? ਸਰ ਪਤਾ ਨਹੀਂ, ਅਸੀਂ ਮੈਨੂੰ ਵੀ ਨਾ ਪਿੰਡ ਫੋਨ ਹੀ ਗਿਆ ਵੀ ਇੱਦਾਂ ਕਰਕੇ ਐਕਸੀਡੈਂਟ ਹੋਇਆ ਵੀ ਮੁੰਡੇ ਤੋਂ ਮਰ ਗਏ ਆ। ਤਾਂ ਮੈਂ ਫਟਾਫਟ ਮਤਲਬ ਇੱਥੇ ਆ ਗਿਆ, ਜਦੋਂ ਆ ਕੇ ਦੇਖਿਆ ਤਾਂ ਹਾਲਾਤ ਬਹੁਤ ਖਰਾਬ ਸੀ। ਆ ਮੁੰਡਾ ਮਾੜਾ ਮਾੜਾ ਸਹਿਜਦਾ ਸੀ, ਮੈਂ ਕਿਹਾ ਵੀ ਜਦੋਂ ਕੋਈ ਐਂਬੂਲੈਂਸ ਪਹਿਲਾਂ ਮੰਗਵਾਉਂਦੇ ਹਾਂ, ਪਰ ਐਂਬੂਲੈਂਸ ਆਉਣ ਦਾ ਟਾਈਮ ਸੀ, ਉਹ ਪਹਿਲੇ ਮੁੰਡਾ ਖਤਮ ਹੋ ਗਿਆ। ਦੇਖ, ਉਹ ਪਹਿਲੇ ਮੇਰੇ ਥੱਲੇ ਫਸਿਆ ਆ। ਕਿੰਨਾ ਟਾਈਮ ਹੋ ਗਿਆ ਐਕਸੀਡੈਂਟ ਹੋਇਆ? ਤਕਰੀਬਨ ਪੌਣਾ ਘੰਟਾ, ਘੰਟਾ ਪੌਣਾ ਘੰਟੇ ਗੱਲ। ਅਤੇ ਦੋਨੇ ਦੇ ਮੌਕੇ ਦੇ ਮੌਤ? ਹਾਂਜੀ, ਦੋਨੇ ਮੌਕੇ ਦੇ ਮੌਤ ਹੋਈ ਹੈ ਜੀ। ਕੋਈ ਪਤਾ ਲੱਗਿਆ ਫਿਰ ਕਿੱਥੋਂ ਆ ਰਹੀ ਸੀ? ਸਰ, ਇਹ ਜਿਹੜੀ ਬੱਸ ਹੈ ਇਹ ਮਤਲਬ ਆਪਣੇ ਚੱਲਦੀ ਹੈ ਗਰਮਾਇਆ ਤੋਂ ਆ ਰਹੀ ਸੀਗੀ, ਜਾਣੀ ਹੁਸ਼ਿਆਰਪੁਰ ਹੈ, ਅਤੇ ਮੱਲੀ ਬੱਸ ਹੈ, ਮਿੰਨੀ ਬੱਸ ਜਿਹੜੀ ਡੇਲੀ ਚੱਲਦੀ ਆ ਰੋਜ਼ ਆਉਂਦੀ। ਅਤੇ ਮੁੰਡੇ ਕਿਸ ਸਾਈਡ ਤੋਂ? ਮੁੰਡੇ ਆ ਹੁਸ਼ਿਆਰਪੁਰੋਂ ਆ ਰਹੇ ਸੀ, ਉਹ ਲਾਸ ਸੀਗੇ ਇਹਦੇ ਵੱਲ। ਹਾਂਜੀ, ਤੁਹਾਡੇ ਪਿੰਡ? ਫਲਾਹੀ ਤੋਂ ਮਤਲਬ ਹਰਮਾਇਆ ਨੂੰ ਆ ਰਹੇ ਸੀ। ਕਿਹੜੇ ਪਿੰਡ ਦੇ? ਇਹ ਦੋਨੇ ਹਰਮਾਇਆ ਦੇ। ਪੁਲਿਸ ਪ੍ਰਸ਼ਾਸਨ ਸਰ, ਮੈਂ ਮੌਕੇ 'ਤੇ ਪਹਿਲਾਂ SHO ਸਾਹਿਬ ਨੂੰ ਫੋਨ ਕੀਤਾ, ਅਤੇ ਉਹ ਸ਼ਾਇਦ ਬੁੱਲੋਵਾਲ ਗਏ ਸੀ, ਉਹਨੇ ਫਿਰ ਮਤਲਬ ਚੌਂਕੀ ਨੂੰ, ਅਤੇ ਥਾਣੇ ਨੂੰ ਫੋਨ ਕੀਤਾ, ਥਾਣੇ ਤੋਂ ਮੌਕੇ 'ਤੇ ਪੁਲਿਸ ਆ ਗਈ, ਪਹੁੰਚ ਗਈ ਮੌਕੇ 'ਤੇ 15-20 ਮਿੰਟ ਆ ਜੀ। ਤੁਹਾਨੂੰ ਪਤਾ ਉਹਨੂੰ ਟਾਈਮ 15-20 ਮਿੰਟ ਲੱਗੇ ਜਾਂਦੇ ਮੇਰੀ ਜਾਣ ਤੋਂ ਪਲਾਹੀ ਆਉਣ ਵਾਸਤੇ। ਉਧਰੇ ਦੂਜੇ ਪਾਸੇ ਇਸ ਬਾਬਤ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ, ਉਹ ਰੁਖ ਕਰ ਲੈਂਦੇ ਆ ਉਹਨਾਂ ਵੱਲ ਵੀ। ਜਿਹੜਾ ਅੱਜ ਵਾਕਿਆ ਹੋਇਆ ਵਾ, ਕਿੱਦਾਂ ਹੋਇਆ ਜੀ? ਇਹ ਵਾਕਿਆ ਦਾ ਬਿਆਨ ਆ ਜੇ, ਇਹ ਬੱਸ ਆ ਰਹੀ ਸੀ ਆਪਣੇ ਹਰਮੋਏ ਤੋਂ, ਅਤੇ ਲੜਕੇ ਦੋ ਆ ਰਹੇ ਸੀ, ਜਤਿੰਦਰ ਅਤੇ ਸਤਵਿੰਦਰ, ਇਹ ਆ ਰਹੇ ਸੀ ਆਪਣੇ ਹੁਸ਼ਿਆਰਪੁਰ ਤੋਂ, ਅਤੇ ਉਹ ਇਹਨਾਂ ਦਾ ਇੱਥੇ ਐਕਸੀਡੈਂਟ ਹੋਇਆ। ਬਾਕੀ ਇਹਦੇ ਕਲਮ ਬਿਆਨ ਦਰਜ ਕਰਨੇ ਆ, ਤਫਤੀਸ਼ ਜਾਰੀ ਆ। ਕਿਹੜੇ ਪਿੰਡ ਦੇ ਸੀਗੇ ਜੀ ਮੁੰਡੇ, ਪਤਾ ਲੱਗਾ? ਪਿੰਡ ਹਰਮੋਇਆਂ ਦੇ। ਅੱਛਾ, ਇੱਕ ਉਮਰ ਕਿੰਨੀ ਸੀਗੀ ਇਹਨਾਂ ਦੀ? ਇੱਕ ਦੀ 35 ਸਾਲ ਆ, ਇੱਕ ਦੀ ਹੈਗੀ ਆ 22 ਸਾਲ। ਅਤੇ ਮੁੰਡੇ ਦੋਨੇ ਕੰਮ ਕਰਦੇ ਸੀਗੇ ਜੇ ਪੜ੍ਹਦੇ ਸੀ? ਇਹ ਅਜੇ ਇਹਨਾਂ ਦੇ ਵਾਰਸ ਦੱਸਣਗੇ ਵੀ ਇਹ ਕੀ ਕੰਮ ਕਰਦੇ ਆ, ਇਹਦੇ ਇਹਨਾਂ ਦੇ ਵਾਰਸਾਂ ਦਾ ਬਿਆਨ ਹਾਸਲ ਕੀਤੇ ਜਾ ਰਹੇ। ਅਤੇ ਮੌਕੇ 'ਤੇ ਕਾਰਨ ਪਤਾ ਲੱਗਾ ਹੋਵੇ ਕਿ ਕਿਹਦੀ ਗਲਤੀ ਸੀਗੀ ਜੀ? ਅਜੇ ਕੋਈ ਮੈਨੂੰ ਨਹੀਂ ਕਾਰਨ ਪਤਾ ਲੱਗਾ, ਗਲਤੀ ਦੇ ਬਾਰੇ ਮੈਂ ਕੁਛ ਨਹੀਂ ਦੱਸ ਸਕਦਾ, ਤਫਤੀਸ਼ ਚੱਲਦੀ ਜਾ ਰਹੀ ਆ, ਜੋ ਬਿਆਨ ਲਿਖਾਉਣਗੇ ਉਹਦੇ ਹਿਸਾਬ ਨਾਲ ਕਾਰਵਾਈ ਕਰਤੀ ਜਾਊਗੀ। ਸੋ ਹੁਣ ਦੇਖਣਾ ਹੋਵੇਗਾ ਕਿ ਬੱਸ ਡਰਾਈਵਰ ਖਿਲਾਫ ਕੋਈ ਬਣਦੀ ਕਾਰਵਾਈ ਕੀਤੀ ਜਾਵੇਗੀ ਜਾਂ ਇਹਨਾਂ ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਕੋਈ ਬਣਦਾ ਇਨਸਾਫ ਦਿੱਤਾ ਜਾਵੇਗਾ, ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਦੇਖਦੇ ਰਹੋ ਚੜ੍ਹਦੀ ਕਲਾ, ਟਾਈਮ ਟੀਵੀ। ਧੰਨਵਾਦ।